ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਮੋਹਾਲੀ ਅਤੇ ਅੰਮ੍ਰਿਤਸਰ ਸਾਹਿਬ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਨਾਦੇੜ ਸਾਹਿਬ ਲਈ ਫਲਾਈਟਾਂ ਜੁਲਾਈ ਮਹੀਨੇ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਪੀ ਗਜਪਤੀ ਰਾਜੂ ਨਾਲ ਬੈਠਕ ਦੌਰਾਨ ਉਨ੍ਹਾਂ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਮੋਹਾਲੀ ਤੋਂ ਜੈੱਟ ਏਅਰਵੇਜ਼ ਅਤੇ ਅੰਮ੍ਰਿਤਸਰ ਤੋਂ ਏਅਰ ਇੰਡੀਆ ਵੱਲੋਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ। ਲੋਕ ਸਭਾ ਵਿੱਚ ਦੋ ਤਿੰਨ ਵਾਰੀ ਮੰਗ ਚੁੱਕਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜੀ ਨੇ ਵਿਸ਼ਵਾਸ ਵੀ ਦਵਾਇਆ ਸੀ ਵੀ ਅਸੀਂ ਜਲਦੀ ਇਹਦਾ ਯਤਨ ਕਰਾਂਗੇ। ਬਲਕਿ ਮਹਾਰਾਸ਼ਟਰ ਹਰਿਆਣਾ ਦੇ ਮੈਂਬਰ ਪਾਰਲੀਮੈਂਟ ਨੇ ਸਾਰੇ ਰਲ ਕੇ ਵੀ ਮੇਰੀ ਸਪੋਰਟ ਕੀਤੀ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਕੱਲ੍ਹ ਮੈਨੂੰ ਸੱਦਿਆ ਸੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਅਸ਼ੋਕ ਗਜਪਤ ਰਾਜੂ ਜੀ ਨੇ ਆਪਣੇ ਦਫ਼ਤਰ ਦੇ ਵਿੱਚ, ਮਹਿਕਮੇ ਦੇ ਜਿਹੜੇ ਅਧਿਕਾਰੀ ਸੀ ਉਹ ਵੀ ਬੁਲਾਏ ਸੀ ਅਤੇ ਫੈਸਲਾ ਕਰ ਲਿਆ ਵੀ ਜੈੱਟ ਏਅਰਵੇਜ਼ ਦੀ ਜਿਹੜੀ ਉਡਾਨ ਆ ਏਅਰਪੋਰਟ ਮੋਹਾਲੀ ਤੋਂ ਵਾਇਆ ਬੰਬੇ ਮੇਰਾ ਖਿਆਲ ਆ ਜੁਲਾਈ ਦੇ ਆਖਰ ਤੱਕ ਇਹ ਚੱਲਦੀਆਂ ਹੋ ਜਾਣਗੀਆਂ। ਉਹਨਾਂ ਨੇ ਕਿਹਾ ਵੀ ਜੁਲਾਈ ਜੁਲਾਈ ਵਿੱਚ ਇਹ ਚੱਲਦੀਆਂ ਹੋਣੀ ਚਾਹੀਦੀਆਂ, ਜਾਣੀ ਦੁਸਹਿਰੇ ਤੋਂ ਪਹਿਲਾਂ ਨੰਦੇੜ ਸਾਹਿਬ ਲਈ ਇੱਥੋਂ ਮੋਹਾਲੀ ਤੋਂ ਹਵਾਈ ਸਫ਼ਰ ਸ਼ੁਰੂ ਹੋਈ।